ਮੌਜੂਦਾ ਅਜਿਹਾ ਵੀ ਜੋ ਪਿਛਲੇ 6 ਮਹੀਨੇ ਤੋਂ ਲਗਾਤਾਰ ਬਿਨਾਂ ਕੋਈ ਛੁੱਟੀ ਕੀਤੇ ਕਰੋਨਾ ਖਿਲਾਫ ਲਗਾਤਾਰ ਲੜਾਈ ਲੜ ਰਿਹਾ ਹੈ। ਕਰੋਨਾ ਖਿਲਾਫ ਜੰਗ ਵਿੱਚ ਇਸ ਜੋਧੇ ਦੀ ਭੂਮਿਕਾ ਐਡੀ ਮਹੱਤਵਪੂਰਨ ਹੈ ਕਿ ਇਸ ਤੋਂ ਬਗੈਰ ਲੜਾਈ ਲੜਨੀ ਸੰਭਵ ਹੀ ਨਹੀਂ। ਇਸ ਮੌਕੇ ਹਰਰੂਪ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਪਿਛਲੇ ਸਮੇਂ ਤੋਂ ਕੋਈ ਵੀ ਛੁੱਟੀ ਨਹੀਂ ਕੀਤੀ ਤੇ ਲਗਾਤਾਰ ਚੰਡੀਗੜ੍ਹ ਦੇ ਹਫ਼ਤੇ ਵਿੱਚ 3 ਚੱਕਰ ਲੱਗ ਜਾਂਦੇ ਹਨ। ਉਹਨਾਂ ਕਿਹਾ ਕਿ ਕੋਸ਼ਿਸ਼ ਹੈ ਕਿ ਜੋ ਸਿਹਤ ਵਿਭਾਗ ਵੱਲੋਂ ਡਿਊਟੀ ਦਿੱਤੀ ਹੈ ਜਦ ਤੱਕ ਇਹ ਕਰੋਨਾ ਦੀ ਬਿਮਾਰੀ ਤੇ ਫਤਿਹ ਨਹੀਂ ਪਾ ਲੈਂਦੇ ਤਦ ਤੱਕ ਉਹ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ। ਲਗਾਤਾਰ 6 ਮਹੀਨੇ ਤੋਂ ਜਿਹੜਾ ਆ ਕੋਵਿਡ ਦੇ ਵਿੱਚ ਕੰਮ ਕਰ ਰਹੇ ਆ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਦਿੱਕਤਾਂ ਸਾਹਮਣਾ ਕਰਿਆ ਤੁਸੀਂ ਕਿੱਦਾਂ ਕਿੱਦਾਂ ਮਤਲਬ ਕਿ ਕਿੰਨਾ ਚਿਰ ਹੋ ਗਿਆ ਤੁਹਾਨੂੰ ਲਗਾਤਾਰ ਕੰਮ ਕਰਦੇ? ਸਰ ਪਿਛਲੇ 6 ਮਹੀਨਿਆਂ ਤੋਂ ਜਦ ਤੋਂ ਕੋਵਿਡ ਦੀ ਮਹਾਮਾਰੀ ਸਟਾਰਟ ਹੋਈ ਹੈ ਜੀ, ਸਿਹਤ ਵਿਭਾਗ ਤੇ ਡਾਕਟਰ ਜਸਵੀਰ ਸਿੰਘ ਜੀ ਸਾਡੇ ਸਤਿਕਾਰਯੋਗ ਸਿਵਲ ਸਰਜਨ ਹੈਗੇ ਆ, ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਘੱਟੋ ਘੱਟ 6 ਮਹੀਨੇ ਹੋ ਗਏ ਸਾਨੂੰ, ਸ਼ਨੀਵਾਰ ਵੀ ਜਾਈਦਾ, ਐਤਵਾਰ ਵੀ ਜਾਈਦਾ ਚੰਡੀਗੜ੍ਹੋਂ ਸਪਲਾਈ ਲੈਣ ਤੇ ਫੀਲਡ ਵਿੱਚ ਲਿਆ ਕੇ ਸਪਲਾਈ ਮੁਹੱਈਆ ਕਰਵਾਈ ਦੀ ਆ। ਕਾਫੀ ਦੌੜ ਲੱਗੀ ਹੋਈ ਹੈ, ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਪਰ ਵਧੀਆ ਚੱਲਦਾ ਪਿਆ ਕੰਮ, ਟੀਮ ਵਰਕ ਵਧੀਆ, ਨਾਲ ਦੇ ਸਹਿਯੋਗੀ ਵਧੀਆ ਨੇ ਤੇ ਕੰਮ ਵਧੀਆ ਚੱਲ ਰਿਹਾ। ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਲਗਾਤਾਰ 6 ਮਹੀਨੇ ਤੁਸੀਂ ਹੋ ਗਏ ਕੰਮ ਕਰਦਿਆਂ ਨੂੰ, ਤੁਹਾਡੇ ਸਟ੍ਰੈਸ ਹੋਣਾ ਆ ਦਿਮਾਗ 'ਤੇ, ਫਿਰ ਤੁਸੀਂ ਆਪਣੇ ਬੱਚਿਆਂ ਤੋਂ ਦੂਰ ਰਹਿੰਦੇ ਆ, ਜਦੋਂ ਇੱਥੋਂ ਜਾਂਦੇ ਆ ਤੁਸੀਂ ਸਾਰਾ ਸਮਾਨ ਲੈ ਕੇ ਘਰ ਜਾ ਕੇ ਪਹਿਲਾਂ ਤੁਸੀਂ ਕੱਪੜੇ ਬਦਲਦੇ ਹੋ, ਕਿਹੜੀਆਂ ਪ੍ਰਸਥਿਤੀਆਂ ਤੁਹਾਨੂੰ? ਸਰ ਦਿਮਾਗ 'ਤੇ ਬੋਝ ਤਾਂ ਬਹੁਤ ਹੈਗਾ ਜੀ, ਸਵੇਰੇ 6 ਵਜੇ 7 ਵਜੇ ਘਰੋਂ ਨਿਕਲ ਆਈਦਾ, ਸ਼ਾਮ ਨੂੰ ਘਰ ਜਾ ਕੇ ਪਹਿਲਾਂ ਜਾ ਕੇ ਖੁਦ ਕੁਆਰੰਟਾਈਨ ਹੋਈਦਾ, ਨਹਾਈਦਾ, ਕੱਪੜੇ ਮਸ਼ੀਨ ਵਿੱਚ ਸਿੱਟ ਕੇ ਧੋ ਕੇ ਸਾਰਾ ਕੁਝ ਕਰਕੇ ਫਰੈਸ਼ ਹੋ ਕੇ ਫਿਰ ਘਰ ਦੇ ਅੰਦਰ ਸਾਡੀ ਐਂਟਰੀ ਹੁੰਦੀ ਹੈ ਜੀ, ਸੈਨੇਟਾਈਜ਼ ਕਰਕੇ ਸਾਰਾ ਕੁਝ। ਬੱਚਿਆਂ ਤੋਂ ਠੀਕ ਆ, ਕਾਫੀ ਦੂਰ ਹੈਗੇ, ਰਾਤ ਨੂੰ ਕਈ ਵਾਰ ਲੇਟ ਹੋ ਜਾਈਦਾ ਤਾਂ ਬੱਚੇ ਕਈ ਵਾਰ ਸੁੱਤੇ ਪਏ ਹੁੰਦੇ ਨੇ ਤੇ ਸਵੇਰ ਨੂੰ ਕਦੀ ਸਮਾਨ ਲਿਆਉਣ ਕੋਈ ਦਿੱਕਤ ਆਈ? ਦਿੱਕਤ ਹੈ ਕੋਈ ਸਟੋਰ ਦੇ ਵਿੱਚ ਤੁਸੀਂ ਸਮਾਨ ਲਿਆਉਣੇ ਆ, ਸਮਾਨ ਕਿਸ ਤਰੀਕੇ ਐਡੀ ਦੂਰੋਂ ਲੈ ਕੇ ਆਉਣੇ ਲਗਾਤਾਰ, ਔਰ ਸਾਰਾ ਸਮਾਨ ਤੁਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਸਾਰਿਆਂ ਨੂੰ ਸਪਲਾਈ ਕਰਦੇ ਹੋ, ਸਾਰਿਆਂ ਨੂੰ ਦਿੰਦੇ ਹੋ? ਸਰ ਦੇਖੋ ਦੌੜ ਤਾਂ ਲੱਗੀ ਹੈ ਜੀ, ਦਿੱਕਤਾਂ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਵੇਰ ਤੋਂ ਸ਼ਾਮ ਤੱਕ, ਮੈਂ ਚਲੋ ਡਿਪਾਰਟਮੈਂਟ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹਨੂੰ ਆਪਾਂ ਤਨਦੇਹੀ ਨਾਲ ਨਿਭਾ ਸਕੀਏ। ਕੋਰੋਨਾ ਵਾਇਰਸ ਬਹੁਤ ਤੇਜ਼ੀ ਸੇ ਫੈਲ ਰਿਹਾ ਹੈ, ਇਸਕੋ ਰੋਕਨੇ ਕੇ ਲੀਏ ਹੈਲਥ ਡਿਪਾਰਟਮੈਂਟ ਕੇ ਬਹੁਤ ਸਾਰੇ ਵਰਕਰ ਸਟਾਫ ਦਿਨ ਰਾਤ ਇੱਕ ਕੀਏ ਹੋਏ ਹੈ ਕੰਟਰੋਲ ਕਰਨੇ ਕੇ ਲੀਏ, ਕੋਈ ਸਟਾਕ ਕੋ ਮੇਨਟੇਨ ਕਰਨੇ ਕੇ ਲੀਏ ਚਾਹੇ ਉਹ PPE ਕਿੱਟਸ ਹੋ ਜਾਂ ਫਿਰ ਮੈਡੀਸਿਨਸ ਹੋ ਜਾਂ ਫਿਰ ਅਦਰ ਸਪਲਾਈ ਸੈਂਪਲ ਕਲੈਕਟ ਕਰਨੇ ਕੇ ਲੀਏ ਜੈਸੇ VTM ਹੋ, ਇਹ ਸਾਰੇ ਹਮਾਰੇ ਬਹੁਤ ਹੀ ਜ਼ਰੂਰੀ ਸਮਾਨ ਹੈ ਜੋ ਡੇਲੀ ਕੇ ਡੇਲੀ ਰਿਕੁਆਇਰਮੈਂਟ ਹੋਤੇ ਹੈ ਸੈਂਪਲ ਲੈਣੇ ਕੇ ਲੀਏ ਔਰ ਸਟਾਕ ਮੇਨਟੇਨ ਕਰਨੇ ਕੇ ਲੀਏ। ਹਮਾਰਾ ਜੋ ਸਟੋਰ ਕੀਪਰ ਹੈ ਉਹ ਦਿਨ ਰਾਤ ਲਗਾ ਕਰ ਈਵਨ ਕਭੀ ਕਭੀ ਡੇਲੀ ਜਾਣਾ ਪੜ ਰਿਹਾ ਉਨਕੋ ਸਟਾਕ ਲੈਣੇ ਕੇ ਲੀਏ ਚੰਡੀਗੜ੍ਹ ਸੇ, ਔਰ ਉਹ ਕਭੀ ਵੀ ਕਮੀ ਨਹੀਂ ਆਨੇ ਦੇ ਰਹੇ ਸਮਾਨ ਕੋ ਫੀਲਡ ਮੇਂ, ਜਿਸਸੇ ਕਿ ਲਗਾਤਾਰ ਸੈਂਪਲਿੰਗ ਚਲੇ ਜਾ ਰਹੇ ਨਿਰਵਿਰੋਧ ਰੂਪ ਸੇ। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ, ਲਾਈਵ ਭਾਰਤ।